ਤੇ ਹਾਂਜੀ ਡਿਗਦੇ ਢੈਂਦੇ ਕੰਦਾ ਤ ਵਜਦੇ ਆਂਟੀਆਂ ਚ ਵਜਦੇ ਬੰਦਿਆਂ ਚ ਵਜਦੇ ਪਹੁੰਚ ਕੇ ਬੱਸ ਸਟੈਂਡ ਠੀਕ ਆ ਅੰਕਲ ਤੇ ਸਲੂਟ ਮਾਰੀ ਜਾਂਦਾ ਹੱਥ ਕਹਣ ਜੋੜੀ ਜਾਂ ਨਾਲ ਪੈਸੇ ਮੇਰੇ ਤੋਂ ਲੈ ਲੈ ਯਾਰ ਤੂੰ ਉਹੀ ਗੱਲਾਂ ਕਰੀ ਜਾਂਦਾ ਫੇਰ ਅੱਜ ਜੋੜੀ ਜਾਂਦਾ ਯਾਰ ਤੂੰ ਪਹੁੰਚ ਕੇ ਬੱਸ ਸਟੈਂਡ ਹੁਣ ਇਥੋਂ ਕੀਤੀ ਬੱਸ ਚੇਂਜ ਬਹੁਤ ਔਖਾ ਕੰਮ ਆ ਜੀ ਆ ਜਨਾਨੀਆਂ ਤਾਂ ਐ ਥੱਕੇ ਮਾਰਦੀਆਂ ਸੀ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਫਾਈਨਲੀ ਬੱਸ ਤੋਂ ਵੀ ਉਤਰ ਗਏ ਹੋਏ ਆ ਪਹੁੰਚ ਕੇ ਮਾਸੀ ਦੇ ਮੋੜ ਤੇ ਆ ਕੇ ਪਹਿਲਾਂ ਤਾਂ ਟਿੱਕੀਆਂ ਪਾੜੀਆਂ ਚੰਗੀ ਤਰ੍ਹਾਂ ਠੀਕ ਆ ਭੁੱਖ ਪਾਈ ਪੂਰੀ ਉਸਤਵਾਰ ਮਹਿੰਗਾਈ ਕੋਕ ਕੋਕ ਤਾਂ ਮੈਂ ਕਿਹਾ ਜੀ ਦੱਬ ਕੇ ਪੀਤੀ ਪੂਰੀ ਫਿਰ ਰਾਤੀ ਕਟਿਆ ਕੇਕ ਆਹ ਦੇਖ ਲਓ ਜੀ ਕੇਕ ਵੀ ਕਟਿਆ ਭਰਾ ਦਾ ਜਨਮ ਉਸਤਵਾਰ ਸਵੇਰੇ ਉੱਠੇ 12 ਵਜੇ ਤੇ ਮੈਂ ਆਪਣੀ ਬਾਂਦਰ ਵਰਗੀ ਸ਼ਕਲ ਸਵਾਰੀ ਖੁਸ਼ੀ ਤਾਂ ਐ ਜਿਵੇਂ 5 ਰੁਪਏ ਲੱਭ ਗਏ ਹੁੰਦੇ ਆ ਦੇਖ ਉਸ ਤੋਂ ਬਾਅਦ ਵੇ ਕੁੱਤਿਆਂ ਨੂੰ ਰੋਟੀ ਨੂੰ ਰੋਟੀ ਦਾ ਭੁੱਖ ਐ ਸੀ ਜਿਵੇਂ ਜਨਮਾ ਤੋਂ ਰੋਟੀ ਨਹੀਂ ਖਾਦੀ ਹੁੰਦੀ ਐ ਭੁੱਖ